ਸਤਿ ਸ਼੍ਰੀ ਅਕਾਲ ਜੀ, ਵੈਲਕਮ, ਗੁੱਡ ਮਾਰਨਿੰਗ। ਤੁਸੀਂ ਵੇਖ ਰਹੇ ਹੋ ਯੋਰ ਪ੍ਰੋਪਰਟੀ ਬੈਂਕ ਅਤੇ ਮੇਰਾ ਨਾਮ ਹੈ ਜੀ ਗੁਰਨੇਕ ਸਿੰਘ ਢਿੱਲੋਂ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਏਅਰਪੋਰਟ ਰੋਡ ਦੇ ਉੱਤੇ ਮੀਰਾਂਕੋਟ ਚੌਂਕ ਦੇ ਨਜ਼ਦੀਕ ਮੈਨਰ ਅਸਟੇਟ। ਮੈਨਰ ਅਸਟੇਟ ਇੱਕ ਬਹੁਤ ਹੀ ਬਜਟ ਫਰੈਂਡਲੀ ਕਲੋਨੀ ਆ। ਇਸ ਕਲੋਨੀ ਦੇ ਵਿੱਚ ਤੁਹਾਨੂੰ ਬਹੁਤ ਅੱਛਾ ਜਿਹੜੇ ਨੇ ਅੱਛੇ ਬਜਟ ਦੇ ਵਿੱਚ ਜਿਹੜੇ ਪਲੋਟਸ ਐਂਡ ਵਿਲਾਸ ਕੋਠੀਜ਼ ਮਿਲ ਜਾਣਗੀਆਂ। ਅਗਰ ਆਪਾਂ ਇਸ ਕਲੋਨੀ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਅਪਰੂਵਡ ਅੰਡਰ ਕਾਰਪੋਰੇਸ਼ਨ ਜਿਹੜੇ ਆ ਇਹ ਕਲੋਨੀ ਪੈਂਦੀ ਆ ਜੀ। ਰੋਡਸ ਦੀ ਗੱਲ ਕਰੀਏ ਤਾਂ 60 ਫੁੱਟ ਰੋਡਸ ਤੁਹਾਨੂੰ ਮਿਲ ਜਾਣਗੀਆਂ ਐਂਡ 30 ਫੁੱਟ ਰੋਡਸ ਤੁਹਾਨੂੰ ਮਿਲ ਜਾਣਗੀਆਂ। ਪਲੋਟਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜਾ ਵਾ ਉਹ 125 ਗਜ ਤੋਂ ਸਟਾਰਟ 100 ਗਜ ਤੋਂ ਸਟਾਰਟ ਹੋ ਕੇ 600 ਗਜ ਤੱਕ ਦੇ ਪਲੋਟਸ ਆਪਾਂ ਨੂੰ ਇੱਥੇ ਮਿਲ ਜਾਣਗੇ। ਅਗਰ ਪਲੋਟ ਰੇਟ ਦੀ ਗੱਲ ਕਰੀਏ ਤਾਂ 9000 ਰੁਪਇਆ ਜਿਹੜਾ ਤੋਂ ਪਲਾਟਿੰਗ ਦਾ ਜਿਹੜਾ ਸਟਾਰਟਿੰਗ ਰੇਟ ਆ ਉਹ ਸ਼ੁਰੂ ਹੋ ਜਾਂਦਾ ਵਾ। ਔਰ ਸਾਡੇ ਵੀਵਰਸ ਦੇ ਲਈ ਸਪੈਸ਼ਲ ਡਿਸਕਾਊਂਟ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਰਹਿੰਦਾ ਹੀ ਆ, ਸਾਡੇ ਵੀਵਰਸ ਜਿਹੜੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਅਸੀਂ ਲੈ ਕੇ ਦੇਵਾਂਗੇ। ਸੋ ਅੰਡਰ ਕਾਰਪੋਰੇਸ਼ਨ ਜਿਹੜੇ ਆ ਇਹ ਕਲੋਨੀ ਆ, ਏਅਰਪੋਰਟ ਤੋਂ ਨਜ਼ਦੀਕ ਆ। ਏਅਰਪੋਰਟ ਇੱਥੋਂ ਸਿਰਫ 10 ਮਿੰਟ ਦੀ ਡਰਾਈਵ ਆ, 15 ਮਿੰਟ ਦੀ ਡਰਾਈਵ ਇੱਥੋਂ ਰੇਲਵੇ ਸਟੇਸ਼ਨ, 15 ਮਿੰਟ ਦੀ ਡਰਾਈਵ ਜਿਹੜਾ ਵਾ ਉਹ ਬੱਸ ਸਟੈਂਡ ਆ, ਠੀਕ ਆ। ਸੋ ਹੁਣ ਤੁਹਾਨੂੰ ਅਸੀਂ ਕਲੋਨੀ ਦਾ ਜਿਹੜਾ ਟੂਰ ਬਾਏ ਕਾਰ ਉਹ ਵੀ ਦਿਖਾ ਦਾਂਗੇ। ਅਗਰ ਇਮਿਊਨਿਟੀਜ਼ ਦੀ ਗੱਲ ਕਰੀਏ ਕਲੋਨੀ ਦੇ ਵਿੱਚ ਤਾਂ ਕਾਰਪੋਰੇਸ਼ਨ ਦੇ ਅੰਡਰ ਹੋਣ ਕਰਕੇ ਵਾਟਰ ਸਪਲਾਈ, ਅੱਛੀਆਂ ਰੋਡਸ, ਪਾਰਕਸ ਸਾਨੂੰ ਇਹਦੇ ਵਿੱਚ ਮਿਲ ਜਾਣਗੇ। ਸੋ ਆਓ ਤੁਹਾਨੂੰ ਅਸੀਂ ਵਿਖਾਉਂਦੇ ਹੁਣ ਕਲੋਨੀ ਦਾ ਜਿਹੜਾ ਕਾਰ ਟੂਰ। Don't.